ਇੱਥੇ ਹਰੇਕ ਬੰਦੇ ਦੀ ਜ਼ਿੰਦਗੀ ਆ ਬਈ ਹੈ ਨਾ। ਅੱਜ ਦੱਸਦਾ ਤੁਹਾਨੂੰ ਉਹ ਬੰਦੇ ਦੀ ਕਹਾਣੀ ਜਿਹਨੇ ਸਾਰੀ ਜ਼ਿੰਦਗੀ ਇੱਕ ਰੇੜੀ 'ਤੇ ਖੜ ਕੇ ਬੜੀ ਖੁਸ਼ੀ ਖੁਸ਼ੀ ਜ਼ਿੰਦਗੀ ਬਿਤਾ ਲਈ। ਕਹਿੰਦਾ ਤਕਦੀਰ ਟਿੱਚਰਾਂ ਕਰਦੀ ਸੀ ਪਰ ਉਹਨੂੰ ਵੀ ਮੈਂ ਪਾਣੀ ਵਿੱਚ ਧਰ ਕੇ ਉਬਾਲ ਲਿਆ ਅਤੇ ਇੱਥੋਂ ਵੱਡੀਆਂ ਵੱਡੀਆਂ ਖਵਾਇਸ਼ਾਂ ਪੂਰੀਆਂ ਕਰਕੇ ਸਕੂਨ ਨਾਲ ਰਹਿਣਾ ਹੋਇਆ ਅਤੇ ਮੈਂ ਚਾਹ ਦੇ ਪਤੀਲੇ ਨਾਲ ਸੀ ਟੱਬਰ ਪਾਲ ਲਿਆ। ਹੌਲੀ ਹੌਲੀ ਤੁਰਦਾ ਗਿਆ ਨੀਤ ਖੋਟੀ ਨਹੀਂ ਰੱਖੀ ਮੈਂ ਨੀਵੇਂ ਰਾਹਾਂ ਉੱਤੇ ਚੱਲਣਾ ਪਸੰਦ ਕੀਤਾ ਅਤੇ ਮੈਂ ਪਸੰਦ ਚੋਟੀ ਨਹੀਂ ਕੀਤੀ ਤਾਂ ਹੀ ਤਾਂ ਅੱਜ ਵਕਤ ਨੂੰ ਮੈਂ ਆਪਣੇ ਪੈਰਾਂ ਨਾਲ ਸੀ ਢਾਲ ਲਿਆ ਅਤੇ ਇੱਥੋਂ ਖਵਾਇਸ਼ਾਂ ਪੂਰੀਆਂ ਕਰਕੇ ਕੁਛ ਨਹੀਂ ਹੋਇਆ ਮੈਂ ਚਾਹ ਦੇ ਪਤੀਲੇ ਨਾਲ ਸੀ ਟੱਬਰ ਪਾਲ ਲਿਆ। ਮੈਂ ਲਿਖਣਾ ਚਾਹੁੰਦਾ ਵਾਂ ਕੋਈ